ਰਘਵੀਰ ਉਹ ਯਾਰ ਤੂੰ ਮੋਬਾਈਲ ਚ ਬਿਜ਼ੀ ਆ ਉਹ ਕਿੱਦਾਂ ਕਰਨੀ ਆ ਉਹਨਾਂ ਦੀ ਹੁਣ ਛੱਡ ਕੇ ਆਈ ਉਹਨਾਂ ਨੂੰ ਮਾਂ ਪੁੱਤਾਂ ਨੂੰ ਅੱਜ ਫਿਰ ਮੈਂ ਤੁਹਾਨੂੰ ਉਡੀਕਣ ਸਵੇਰ ਦਾ ਤੁਸੀਂ ਜੋ ਬੰਬੀ ਜਗ੍ਹਾ ਮੁੜੀ ਨਹੀਂ ਜੀ ਉਹ ਯਾਰ ਉਹ ਮੈਂ ਬੱਤੀ ਉਡੀਕਣ ਡਿਆ ਬੱਤੀ ਆ ਜੇ ਚੱਲ ਪਨੀਰੀ ਨੂੰ ਪਾਣੀ ਲਾ ਜਾਵਾਂ ਹੁਣ ਮੈਂ ਭਰ ਆਇਆ ਵਾਂ ਉਹ ਜਦੋਂ ਬੱਤੀ ਦੇ ਮੈਸੇਜ ਆਈ ਜਾਣੇ ਫੋਨ ਤੇ ਉਹ ਮੈਂ ਉੱਥੇ ਬਹਿ ਗਿਆ ਲੱਗ ਗਿਆ ਉਹ ਤੇਜਾ ਆ ਗਿਆ ਮੇਰੇ ਅੱਛਾ ਉੱਥੇ ਗੱਲਾਂ ਪੈ ਕੇ ਬਸ ਗੱਲਾਂ ਕਰਦਿਆਂ ਕਰਦਿਆਂ ਟਾਈਮ ਲੱਗ ਗਿਆ ਕੋਈ ਕੱਲ੍ਹ ਉਹ ਲੰਗਰ ਪਾਣੀ ਵੀ ਚੱਲਦੇ ਚੱਲ ਉਹਨੂੰ ਭੈਣ ਨੂੰ ਕਹੀਏ ਜਾ ਕੇ ਚਲੋ ਤੇ ਮੁੰਡੇ ਨੂੰ ਵੀ ਨਾਲ ਲੈ ਤੇ ਤਿਆਰ ਹੋ ਆ ਜਾਓ ਹੈ ਚੱਲ ਮੈਂ ਆਵੇ ਇੱਥੇ ਕਿੱਦਾਂ ਸਾਰਾ ਵਧੀਆ ਕੰਮ ਆ ਤੇ ਉੱਥੇ ਮੈਂ ਗਿਆ ਵਾਂ ਤੇ ਸਾਡੇ ਸਾਰੇ ਭੈੜੇ ਜੇ ਕੋਠੇ ਆ ਨਾ ਉਹਨਾਂ ਨੂੰ ਰੰਗ ਆ ਨਾ ਗੱਲ ਨਾ ਬਾਤ ਬਾਲੇ ਵੀ ਸਾਰੇ ਟੁੱਟੇ ਪਏ ਨੇ ਉੱਥੇ ਕੀ ਕਰਾਂਗੇ ਇੱਥੇ ਤੇ ਆਵੇ ਮੌਜ ਆ ਉੱਥੇ ਗਰਮੀਆਂ ਕਿੱਦਾਂ ਸਾਡੀਆਂ ਲੰਘਣੀਆਂ ਇੱਥੇ ਏਸੀ ਲੱਗਾ ਵਧੀਆ ਟਾਈਮ ਲੰਘ ਜਾਣਾ ਸਾਡਾ ਤਾਂ ਹੀ ਤੇ ਪਵਿੱਤਰ ਮੈਂ ਕਹਿਣ ਡਈ ਆ ਵੀ ਇਹ ਕਹਿੰਦੇ ਗਰਮੀਆਂ ਜੇ ਅਸੀਂ ਇੱਥੇ ਕੱਢ ਲਈਏ ਤੇ ਫਿਰ ਕੀ ਆ ਅਸੀਂ ਉੱਥੇ ਕਿੱਦਾਂ ਪੱਖੇ ਬਣਾਵੇ ਮਰਾਂਗੇ ਉੱਥੇ ਜਾ ਕੇ ਰੈਲੀਆਂ ਮਾਮਿਆਂ ਨੂੰ ਕਹਾਂ ਤੁਸੀਂ ਮਾਮੇ ਤੇ ਮਾਮੀਆਂ ਤੋਂ ਵੀ ਅੱਗੇ ਹੋ ਗਏ ਆ ਹੁਣ ਤੇ ਉਹ ਕੀ ਹੋ ਗਿਆ ਮਾਮੇ ਮਾਮੀਆਂ ਨੂੰ ਤਿਆਰ ਹੋ ਅਸੀਂ ਪ੍ਰੋਗਰਾਮ ਬਣਾਇਆ ਰਘਵੀਰ ਨੇ ਅੱਜ ਅਸੀਂ ਤੁਹਾਨੂੰ ਛੱਡ ਕੇ ਆਉਣਾ ਵਾ ਅਗਲੇ ਨੇ 20 ਸਾਲ ਅੱਗੇ ਮੁਕਤ ਦੀ ਖਾ ਲਈ ਆ ਉਹਨੂੰ ਵੇਖਣਾ ਕੀ ਕਰ ਪੈ ਜਾ ਤੈਨੂੰ ਪਤਾ ਨਾ ਹੁਣ ਤੇ ਗੱਲ ਛਿੜੀ ਆ ਪਰ ਪਰ ਗੱਲ ਛਿੜੀ ਆ ਤੇ ਫਿਰ ਕਪੱਤ ਹੁੰਦਾ ਵਾ ਤੇ ਹੁਣ ਵੀ ਤੇ ਹੋਣਾ ਹੀ ਆ ਹੁਣ ਤੇ ਉਹਨੂੰ ਪਤਾ ਵਾ ਵੀ ਅਗਲੇ ਆਏ ਸੀ ਉਹਨਾਂ ਨੇ ਆਉਣਾ ਵਾ ਹੁਣ ਜੇ ਤੁਸੀਂ ਖਲੋ ਜਾਓਗੇ ਸਾਲ ਦੋ ਸਾਲ ਅਗਲੇ ਨੇ ਹੋਰ ਵਿਗੜਨਾ ਵਾ ਵੀ ਇਹ ਡਰਦੇ ਨੀ ਆਏ ਨਾਲੇ ਅਸੀਂ ਕਰਾਂਗੇ ਜੋ ਕੁਝ ਹੋਊਗਾ ਅਸੀਂ ਚੱਲਾਂਗੇ ਆਪਣੇ ਦੀ ਜਿਹੜੀ ਹੋਏਗੀ ਨਾਲੇ ਵੀਰ ਨੇ ਉੱਥੇ ਰਹਿਣਾ ਦੱਸਣਾ ਤੁਹਾਡੇ ਕੋਲ ਹੀ ਮੈਂ ਰਹੂੰਗਾ ਤੁਹਾਡੇ ਕੋਲ ਜੇ ਕੋਈ ਗੱਲਬਾਤ ਹੋਊਗੀ ਵੇਖੀ ਲੰਮੇ ਪਾ ਕੇ ਕਿੱਦਾਂ ਇਹਨੂੰ ਮੈਂ ਚੌੜਾ ਕਰ ਦੇ ਕਦੇ ਤੂੰ ਰੋਜ਼ ਲੜਾਈ ਕਰਦਾ ਰਿਹਾ ਕਰੇਗਾ ਉਹਦੇ ਨਾਲ ਯਾਰ ਹੁਣ ਜੇ ਮੈਂ ਪਿਆਲੀਆਂ ਪੂਲੀਆਂ ਵੇਲੀਆਂ ਸਾਰਾ ਕੁਝ ਨਹੀਂ ਆਉਂਦੀ ਵੀ ਹੁਣ ਝੋਨਾ ਝਾਨਾ ਜਾ ਕੇ ਆਪਣਾ ਲਾਓ ਹੁਣ ਪਿਆਲੀਆਂ ਵੇਲੀਆਂ ਆਪਣੇ ਮੱਟਾਂ ਬੰਨੇ ਸਿੱਧੇ ਤੁਹਾਡੇ ਕਰਾ ਦੇਣੇ ਆ ਸਾਰਾ ਕੁਝ ਫਿਰ ਉਹ ਜਿਹੜੇ ਰੋਜ਼ ਦਿਹਾੜੀ ਦਾ ਫਿਰ ਸਿਆਪਾ ਰੱਖਣਾ ਵਿੱਚੇ ਮੁੜ ਕੇ ਇਹ ਪਿੱਤਰ ਕਿੱਦਾਂ ਕਰਨੀ ਆ ਜਾਣਾ ਪੈਣਾ ਵਾ ਫਿਰ ਕਿਹੜੇ ਹਟਣ ਦੇ ਮਾਮੇ ਉਹ ਤੂੰ ਪੁੱਤ ਡਰਦਾ ਕਿਹੜੀ ਗੱਲੋਂ ਆ ਯਾਰ ਜਦੋਂ ਅਸੀਂ ਹੈਗੇ ਆ ਤੇ ਤੁਹਾਡਾ ਭਲਾ ਹੀ ਨਹੀਂ ਸੋਚਣਾ ਸੀ ਤੁਹਾਡਾ ਮਾੜਾ ਥੋੜੀ ਕਰਦਾ ਇਹੋ ਜਿਹੀ ਅਗਰ ਤੰਗੀ ਆਊਗੀ ਫਿਰ ਗੱਲ ਕਰਨੀ ਸਾਡੇ ਨਾਲ ਸਾਡੇ ਨਾਲ ਉਹ ਪਹਿਲਾਂ ਭੁੱਕੂਗਾ ਤੇ ਫੇਰ ਤੇਰੇ ਨਾਲ ਗੱਲ ਕਰੂ ਆ ਚਲ ਕੋਈ ਨਹੀਂ ਚੱਲ ਜਾਂਦੇ ਆ ਮੰਮੀ ਲਿਆ ਕੱਪੜੇ ਫਿਰ ਪਾਈਏ ਚੰਗਾ ਤੂੰ ਜੱਟ ਦਾ ਪੁੱਤ ਮੈਂ ਡਰੀ ਜਾਂਦਾ ਪਵਿੱਤਰ ਪੂਰੇ ਮੇਰੀ ਗੱਲ ਸੁਣ ਹਾਂਜੀ ਆ ਜਿਹੜੀ ਤੇਰੀਆਂ ਮਾਮੀਆਂ ਇਹਨਾਂ ਦੀ ਸੇਵਾ ਪਹਿਲਾਂ ਕਰਨਾ ਨਾ ਥੋੜੀ ਪਤਾ ਨੀ ਮੰਮੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਕਰ ਲੋ ਨਹੀਂ ਕਸੂਰ ਤਾਂ ਸਾਰਾ ਹੀ ਇਹਨਾਂ ਦਾ ਹੀ ਆਪਣੀ ਮਰਜ਼ੀ ਨਾਲ ਜਾਣਾ ਸੀ ਨਾ ਉਹਨਾਂ ਨੂੰ ਚੁੱਕ ਚੁਕਾ ਕੇ ਸਾਰੀ ਉਮਰ ਰੋਟੀ ਪਾਣੀ ਖਾਣਾ ਜੇ ਨਿਆਣੇ ਨੂੰ ਕਿੱਥੋਂ ਪਾਲਣਾ ਉਹਦੀ ਗੱਲ ਨੂੰ ਵਿਆਹ ਨੀ ਉਹਦਾ ਕਰਨਾ ਵਿਆਹ ਜਦੋਂ ਹੁੰਦਾ ਤੂੰ ਵੇਖ ਲੈਂਦੇ ਤੁਹਾਡੇ ਕੇ ਦੋ ਹੱਥ ਜੋੜੇ
खान गिज गया जाके काम करना पैना जे चुप की एक दो दिन ऐसा ही करना कपड़े पोने ठंड किन्ना कुछ कह गए नहीं चिर वधिया सांभे सूत्या जान लगे लड़ना ही इन्होंने साडे नाल बीबी मैं गल करनी एक तेरे नाल ਵੀ ਮੇਰਾ ਇਰਾਦਾ ਵੀ ਅੱਜ ਭੈਣ ਨੂੰ ਤੇ ਉਹਨੂੰ ਪਵਿੱਤਰ ਨੂੰ ਦੋਵਾਂ ਨੂੰ ਫਿਰ ਮਾਂ ਪੁੱਤਾਂ ਨੂੰ ਛੱਡ ਆਈਏ ਉਹਨਾਂ ਦੇ ਪਿੰਡ ਅੱਛਾ ਤਾਂ ਇਹ ਪ੍ਰੋਗਰਾਮ ਬਣਾਇਆ ਮੈਂ ਤੇ ਰਘਵੀਰ ਨੇ ਇਹਨਾਂ ਨੂੰ ਛੱਡ ਕੇ ਆਉਂਦਾ ਚੱਲ ਜੇ ਰੱਖ ਉਹਨਾਂ ਨੂੰ ਵੀ ਸਮਝਾ ਸਮਝੂ ਕੇ ਆਇਓ ਗੱਲ ਨਾ ਕਰੋ ਉਹਨਾਂ ਨੂੰ ਸਮਝਾ ਲਾਂਗੇ ਤੁਹਾਡੀ ਕੁੜੀ ਨਹੀਂ ਸਮਝਣ ਡਈ ਜੇ ਕਹਿੰਦੇ ਆ ਤਾਂ ਗੁੱਸਾ ਕਰਦੀ ਆ ਤੇ ਇੱਦਾਂ ਕਰੋ ਵੀ ਤੁਸੀਂ ਉਹਨਾਂ ਨੂੰ ਮਾੜਾ ਜਿਹਾ ਕਹੋ ਹੁਣ ਭੈਣ ਜੀ ਨੂੰ ਕਹੋ ਵੀ ਪੁੱਤ ਚੱਲ ਹੋ ਤੂੰ ਤਿਆਰ ਤੇ ਮੁੰਡੇ ਨੂੰ ਵੀ ਤਿਆਰ ਕਰ ਤੇ ਆਪਣੇ ਕੱਪੜੇ ਕੁਪੜੇ ਪਾਓ ਬੈਗ 'ਚ ਕੋਈ ਨਹੀਂ ਮੈਂ ਸਮਝਾਉਣੀ ਆ ਹੈ ਸਮਝਾਉਣੀ ਆ ਹਾਂ ਤੁਸੀਂ ਗੱਲ ਕਰੋਗੇ ਤੁਹਾਡਾ ਫਿਰ ਵੀ ਫਰਕ ਵਾ ਤੇ ਉਹ ਸਾਨੂੰ ਨਾ ਫਿਰ ਉਹ ਥੋੜਾ ਜਿਹਾ ਮਤਲਬ ਸਮੇਂ ਜਿਹਾ ਵੀ ਘਰੇ ਮੈਨੂੰ ਇੱਥੋਂ ਕੱਢਣ ਦੇ ਰਹੇ ਕੱਢਣ ਵਾਲੀ ਕੋਈ ਗੱਲ ਨਹੀਂ ਜੇ ਜਾਣਗੇ ਤੇ ਤਾਂ ਹੀ ਉੱਥੋਂ ਇਹਨਾਂ ਨੂੰ ਕੁਛ ਮਿਲਣਾ ਅਗਲੇ ਤਾਂ ਅੱਗੇ ਦੇਖ ਦੇਖ ਰਾਜੀ ਕੱਖ ਨਹੀਂ ਗਏ ਉਹ ਭਰਜਾਈਆਂ ਆਪਣੀਆਂ ਰੇ ਬੜੀ ਨਾਰਾਜ਼ ਹੋਣ ਡਈ ਆ ਕੋਈ ਗੱਲ ਨਹੀਂ ਉਹਨਾਂ ਮੈਂ ਸਮਝਾਉਣੀ ਆ ਸ਼ਦੈਨ ਜਾਈ ਨੂੰ ਕਿਉਂ ਨਾਰਾਜ਼ ਹੋਣਾ ਆਪਣੇ ਘਰ ਜਾਣਾ ਹੁਣ ਬੀਬੀ ਵੇਖ ਜੇ ਅੱਜ ਜਾਣਾ ਸਗੋਂ 16 ਸਫਾਈ ਨਾਲ ਜਾਵੇ ਕੱਲ ਨੂੰ ਉਹਨੇ ਵੀ ਇੱਥੇ ਆਉਣਾ ਕਰਨਾ ਮਿਲਣ ਗਏ ਤੇ ਇਹ ਵੀ ਜਾਣਗੀਆਂ ਆਹੋ ਤਾਂ ਹੋਰ ਠੀਕ ਆ ਨਹੀਂ ਨਾਨਾ ਭਰਜਾਈਆਂ 'ਚ ਕਿਹੜਾ ਕੋਈ ਫਰਕ ਵਾ ਕਿਹੜੀ ਕੋਈ ਦੂਰ ਦੀ ਰਿਸ਼ਤੇਦਾਰੀ ਆ ਨਹੀਂ ਨਹੀਂ ਇਹ ਵੀ ਜਾਣ ਤੇ ਨਾਲੇ ਉੱਥੇ ਜਾਏਗੀ ਤੇ ਤਾਂ ਹੀ ਕੁਝ ਮਿਲਣਾ ਵਾ ਫੇਰ ਹੀ ਮਿਲਣਾ ਜੇ ਨਾ ਗਈ ਤੇ ਮਿਲਣਾ ਕੱਖ ਨਹੀਂ ਨਾ ਉੱਥੋਂ ਨਹੀਂ ਕੁਝ ਤੇ ਤੁਸੀਂ ਉਹਨੂੰ ਕਿਹੋ ਵੀ ਧੀਏ ਚੱਲ ਹੋ ਤਿਆਰ ਤੇ ਮੁੰਡੇ ਨੂੰ ਤਿਆਰ ਕਰ ਹੈ ਚੰਗਾ ਕੋਈ ਮੈਂ ਵੀ ਲੱਗਾ ਮੈਂ ਕੱਪੜੇ ਬਦਲਣਾ ਬਦਲੋ ਬਦਲੋ ਤੇ ਉਹ ਘਰੇ ਕਿੱਥੇ ਆ ਮਾਰੋ ਆਵਾਜ਼ ਇੱਥੇ ਹੋਣੀ ਹੈ ਕਿਤੇ ਨਹੀਂ ਹਰਿੰਦਰ अपना घर ही चंगा वे जाएगी ते कुछ उथों मिलेगा ते एदा कर भरजाइया ना हस हुस के जा वो भी तेरे को जान ते तू भी आया करी बीबी हुण तेरा भी दादा भी छेती चल जी ਤੁਸੀਂ ਬਦਲ ਲਓ ਕੱਪੜੇ ਫਿਰ
तू तो बदला कपड़े अपने मम्मी ठीक है कपड़े मेरे उथे केड़ा व्याह जाना वा उथे मेरे हिसाब नाल लड़ाई होनी जा के लड़ाई नहीं आती ठीक है तू ही बदल लो कपड़ा चलो मैं फिर मामे को कहना भी कटो गड्डी चलिए हां क्या दे मैं अब नए कपड़े मैं छत बदल लेने छेती चल जो छेती चल जो छेती चल जो जितना कि दरिया टपना हों त्याग भैन कोई नहीं त्यार रहे कपड़े भी नहीं बदले तू तो वीर भाग बदले नहीं कपड़े दी तीन काली पई है जान की बस वो काली की गल मैं ना भी जरा काम करना होंगे हो ही जाए हम टाइम वाहवा हो गया वा टाइम नु अही की आखना तो पितर कितने आ पितर इथे ही रहे होना ओनु लाने कपड़े बदलला ਕਪੜੇ ਕਾਨੂੰ ਨੇ ਬਦਲਨੇ ਆ ਉਹਦੇ ਚੰਗੇ ਆ ਜਿਹੜੇ ਉਹਨੇ ਪਾਏ ਜੀ ਉਹ ਬਦਲ ਲੈਂਦਾ ਫਿਰ ਵੀ ਪਿੰਡ ਜਾਣਾ ਉਹਨੇ ਆਪਣੇ ਮਤਾ ਚੰਗਾ ਨਹੀਂ ਲੱਗਦਾ ਕੋਈ ਗੱਲ ਨਹੀਂ ਮੈਂ ਆਪਣਾ ਤੂੰ ਹੁਣ ਆਪਣੇ ਕਪੜੇ ਕਿਤੇ ਪਾ ਲਏ ਆ ਉਹਦੇ ਵੀ ਪਾ ਲਏ ਆਪਣੇ ਨਹੀਂ ਕੋਈ ਮੈਂ ਪਾਣ ਲੱਗੀ ਆ ਉਹ ਕਹਿੰਦਾ ਮੈਂ ਨਹੀਂ ਤੇ ਪਾਉਣੇ ਚਲ ਤੂੰ ਫਿਰ ਬਦਲੋ ਕਪੜੇ ਕੋਈ ਨਹੀਂ ਬਦਲਣੀ ਤੇ ਨਾਲੇ ਮੇਰੀ ਗੱਲ ਸੁਣਾ ਹੁਣ ਇਹ ਆ ਵੀ ਚੱਲ ਜਾਣ ਲੱਗਿਆ ਆਪਣੇ ਭਰਜਾਈਆਂ ਨਾਲ ਮਾਂ ਚੰਗੀ ਗੱਲ ਕੋਈ ਕਰੀ ਫਿਰ ਉਹਨਾਂ ਨੇ ਵਰਤਣਾ ਹੁੰਦਾ ਕੱਲ ਨੂੰ ਚਲ ਉਹ ਤੇ ਤੇਰੀ ਗੱਲ ਠੀਕ ਆ ਤੇ ਹੁਣ ਜਾ ਕੇ ਆਪਾਂ ਸਮਾਨ ਸਮੂਨ ਸੌਦਾ ਪਤਾ ਕਿੱਥੋਂ ਕਿੱਦਾਂ ਪਾਉਣਾ ਵਾ ਹੀ ਕੋਈ ਗੱਲ ਨਹੀਂ ਤੂੰ ਸੌਦੇ ਪਤੇ ਦਾ ਕੋ ਫਿਕਰ ਕਰਨੀ ਆ ਤੂੰ ਕਿਸੇ ਨਾਲ ਗੱਲ ਨਾ ਕਰੀ ਤੇ ਮੈਂ ਤੈਨੂੰ ਦੇ ਦਾਂਗਾ ਰੁਪਈਆ 10-15 ਹਜ਼ਾਰ ਤੇ ਤੁਸੀਂ ਆਪਣਾ ਸੌਦਾ ਪਤਾ ਲਿਆ ਕੇ ਕਰੀ ਆਪਣਾ ਕੰਮ ਚਾਲੂ ਕਰੋ ਠੀਕ ਹੈ ਨਹੀਂ ਚਲ ਠੀਕ ਆ ਕੋਈ ਗੱਲ ਨਹੀਂ ਕਿੰਨੇ ਦਿਨਾਂ ਜੇ ਤੁਹਾਡੀ ਫਸਲ ਨਹੀਂ ਹੋਣੀ ਮਹੀਨੇ 6 ਹੈ ਮੈਂ ਕਰ ਜਾਵਾਂਗਾ ਤੁਹਾਡੀ ਮਦਦ ਤੇ ਜਦੋਂ 6 ਮਹੀਨੇ ਲੱਗ ਜਾਣਗੇ ਫਸਲ ਆ ਗਈ ਤੇ ਫਿਰ ਤੁਹਾਡਾ ਕੰਮ ਚੱਲ ਪੈਣਾ ਤੇ ਉੱਥੇ ਮਦਦ ਕਰਨੀ ਤੇ ਜੇ 6 ਮਹੀਨੇ ਇੱਥੇ ਰਹਿ ਲਈ ਤੇ ਫਿਰ ਕੀ ਉਹ ਇੱਥੇ ਰਹੇਂਗੀ ਤੇ ਇੱਥੇ ਰਿਆਂ ਤੇਰਾ ਨੁਕਸਾਨ ਹੋਣਾ ਹੀ ਉਹ ਚੱਲ ਭਰਾਵਾ ਚੱਲ ਠੀਕ ਆ ਚੱਲੀਏ ਪਾਣਾ ਮੈਂ ਕੱਪੜੇ ਭੈਣ ਦੇ ਦਿਮਾਗ 'ਚ ਇੱਕੋ ਗੱਲ ਬਸ ਬਹਿ ਗਈ ਆ ਵੀ ਮੈਂ ਇੱਥੋਂ ਨਹੀਂ ਜਾਣਾ ਦੱਸ ਕਿ ਤੇਰੇ ਫਾਇਦੇ ਵਾਸਤੇ ਕਹਿਣ ਡਏ ਆ ਜਿੰਨੀ ਜ਼ਿਆਦਾ ਉੱਥੇ ਆ ਤੇ ਮੁੜ ਕੇ ਇੱਥੋਂ ਤੈਨੂੰ ਕਿੱਥੋਂ ਮਿਲਣੀ ਲੜਾਈ ਪਈ ਰਹਿੰਦੀ ਰੋਜ਼ ਘਰ 'ਚ ਨਹੀਂ ਹੋ ਗਿਆ ਤਿਆਰ ਹੋ ਗਏ ਵੀ ਤਿਆਰ ਲੱਗੇ ਨੇ ਜਾਣ ਨੂੰ ਤਰ ਲੱਗੇ ਹੋ ਚਲ ਫਿਰ ਮਿਲ ਲਈਏ ਚਲ ਕੋਈ ਨਹੀਂ ਆ ਲੈਣ ਕੋਈ ਹਾਂ ਬਹੁਤ ਗੱਲਾਂ ਕਰੀ ਜਾਂਦੇ ਅੰਦਰੇ ਅੰਦਰ ਤਿਆਰ ਹੀ ਡੇ ਖਾਣ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਠੰਡਾ ਪੀ ਲਈ ਚਲੋ ਕੋਈ ਗੱਲ ਨਹੀਂ ਤੇ ਫਿਕਰ ਨਹੀਂ ਕਰਨਾ ਕੋਈ ਨਹੀਂ।